अस्सलाम वालेकुम दोस्तों, की हाल चाल ने ਤੁਹਾਡਾ ਮੇਜ਼ਬਾਨ ਰਾਜ਼ਾ ਮਤੂ ਸੇਖ ਰੋਸਣਾ ਪੰਜਾਬ ਟੀਵੀ ਤੁਹਾਡਾ ਸੱਚੇ ਨੂੰ ਮੋਤੋ ਵਾਲਾ ਕਹਣਾ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ, ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਸਾਨੀ ਪਹੁੰਚ ਰਵੇ। ਨੰਬਰ ਹੁੰਦਾ 0349 1600 ਪੂਰਾ 211, ਇਹੋ ਹੀ ਵਟਸਐਪ ਨੰਬਰ, ਇਹੋ ਹੀ ਈਮੇਲ ਨੰਬਰ ਹੈ। ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ ਤੇ ਮਾਸ਼ਾਅੱਲਾ ਦੇ ਕਮੈਂਟ ਲਾਉਣੇ ਨੇ। ਅੱਲਾ ਦੀ ਮਿਹਰਬਾਨੀ ਨਾਲ ਮੇਰੇ ਸੱਜੇ ਪਾਸੇ ਪਿਓਰ ਨੀਲੀ ਨਮਾਜ਼ ਮਾਸ਼ਾਅੱਲਾ ਆਈ ਹੈ, ਨਿੱਕਾ ਨਿੱਕਾ ਮਾਸ਼ਾ ਥਾਣੇ ਪਾਵਰਾ ਥਾਣੇ ਲਾਟੂਆ ਥਾਣੇ ਮਾਸ਼ਾਅੱਲਾ, ਬਾਕੀ ਉਹਨਾਂ ਹੀ ਵਾਨਾ ਅੱਗੇ ਉਹਨਾਂ ਹੀ ਪਿੱਛੇ ਮਾਸ਼ਾਅੱਲਾ। ਇਹ ਬਟਨ ਲਾਏ ਨੇ ਮਾਸ਼ਾਅੱਲਾ, ਮੋਟੇ ਬਟਨ ਲੱਗੇ ਨੇ, ਅੱਲਾ ਦੀ ਮਿਹਰਬਾਨੀ ਨਾਲ ਬਰੀਕ ਬੜੀ ਮੱਝ ਮਾਸ਼ਾਅੱਲਾ, ਜਿਵੇਂ ਰੇਸ਼ਮ ਹੁੰਦੀ ਹੈ, ਖੁੱਡਾ 1.5 ਫੁੱਟ ਦਾ, ਇੱਕ ਹੱਡੀ ਦੀ ਮਾਸ਼ਾਅੱਲਾ, ਕੁਹਾੜਾ ਹੱਡੀ ਹੈ ਬਿਲਕੁਲ ਹੀ, ਵੇਖੋ ਜੀ ਬਿਲਕੁਲ ਕੁਹਾੜਾ ਹੱਡੀ ਮਾਸ਼ਾਅੱਲਾ। ਬਾਕੀ ਮੱਝ ਦੇ ਆਰ ਪਰ ਪੂਰੇ ਨੇ, ਨਿੱਕੀ ਜੀ ਵੱਖੀ ਮਾਸ਼ਾਅੱਲਾ, ਕੱਦ ਚੰਗਾ ਮੱਝ ਦਾ, ਲਾਮ ਚੰਗੀ ਹੈ ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਮੈਂ ਦੇ ਖੁੱਚਾਂ ਸਿੱਧੀਆਂ ਨੇ, ਪੱਟ ਮੋਟਾ ਮਾਸ਼ਾਅੱਲਾ, ਜਿਵੇਂ ਘੋੜੇ ਦੇ ਪੈਰਾਂ ਤੋਂ ਘੋੜੇ ਸੁੰਭ ਲੰਗੇ ਪੈਰ ਨੇ ਮਾਸ਼ਾਅੱਲਾ, ਜਿਵੇਂ ਘੋੜੇ ਦੇ ਸੁੰਭ ਹੁੰਦੇ ਨੇ, ਬਰੀਕ ਪੂਛ ਲੈ ਜਿਵੇਂ ਡੋਰ ਹੈ ਅੱਲਾ ਦੀ ਮਿਹਰਬਾਨੀ ਨਾਲ। ਮੱਝ ਮਾਸ਼ਾਅੱਲਾ ਆਰ ਪਾਰ ਪੂਰੇ ਨੇ, ਕੰਨੀ ਲੰਮੀ ਮਾਸ਼ਾਅੱਲਾ, ਬਾਕੀ ਨਿੱਕੀ ਨਿੱਕੀ ਸਿੰਗੀ ਹੈ, ਅਨਾਸ ਬੱਗੀ ਮਾਸ਼ਾਅੱਲਾ, ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ ਮਾਸ਼ਾਅੱਲਾ, ਕਿੰਗਰੀਆ ਸਿੰਘ ਹੈ, ਨਿੱਕਾ ਨਿੱਕਾ ਸਿੰਘ ਹੈ ਅੱਲਾ ਦੀ ਮਿਹਰਬਾਨੀ ਨਾਲ, ਚੱਪਾ ਚੱਪਾ ਪਛਣ ਲਾਈ ਕਰੀ ਮਾਸ਼ਾਅੱਲਾ। ਬਾਕੀ ਕੈਮਰੇ ਨਿਗਾਹ ਵਿੱਚ ਕੰਨੀ ਲੰਮੀ ਹੈ ਸਿੰਘ ਮਾਸ਼ਾਅੱਲਾ, ਵੇਖੋ ਜੀ ਬਿਲਕੁਲ ਨਿੱਕਾ ਨਿੱਕਾ ਸਿੰਘ ਹੈ, ਕੋਕੇ ਲਾਈ ਖੜੀਏ ਅੱਲਾ ਦੀ ਮਿਹਰਬਾਨੀ ਨਾਲ, ਦੋਵੇਂ ਅੱਖਾਂ ਮਾਸ਼ਾਅੱਲਾ ਕਾਲੀਆਂ ਨੇ, ਆ ਵੇਖੋ ਜੀ ਮਾਸ਼ਾਅੱਲਾ ਕੈਮਰਾ ਮੈਂ ਸੰਨੀਆਂ ਕਰਾ ਦੇ ਮਾਜੀ ਮਾਸ਼ਾਅੱਲਾ। ਬਾਕੀ ਕੰਨ ਜਿਵੇਂ ਛੱਜ ਹੁੰਦੇ ਨੇ, ਕੰਨੀ ਲੰਮੀ ਹੈ ਜਿਵੇਂ ਰੀਣੀ ਹੁੰਦੀ ਹੈ, 2-3 ਫੁੱਟ ਦੀ ਕੰਨੀ ਲੰਮੀ ਹੈ, ਬਾਕੀ ਪਿੱਛੋਂ ਉੱਚੀ ਹੈ ਅੱਗੋਂ ਨੀਵੀਂ ਹੈ, ਕਵਾਂ ਨੀਵਾਂ ਮਾਸ਼ਾਅੱਲਾ। ਬਾਕੀ ਮਾਜ ਦੇ ਪਰੋ ਪੁੱਤ ਹਰ ਪਾਸੋਂ ਪੂਰੀ ਹੈ ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਹੁਣ ਫੌਜ ਸਾਹਿਬ ਗੱਲਾਂ ਪੁੱਛਾਂਗੇ ਸਾਰੀਆਂ, ਸੂਈਏ ਜਾਂ ਸੁਣ ਵਾਲੀ, ਇਹ ਜੋ ਵੀ ਮਾਮਲਾਤ ਨੇ, ਧੁੰਨੀ ਬਿਲਕੁਲ ਹੈਗੀ ਮਾਸ਼ਾਅੱਲਾ। ਸਵਾਲ ਰਕਮ ਫੌਜ ਸਾਹਿਬ, ਵਾਲੇਕੁਮ ਸਲਾਮ ਜੀ। ਫੌਜ ਸਾਹਿਬ ਮੈਂ ਜਿਹੜੀ ਆਪਣੀ ਕਿੰਨੇ ਦਿਨ ਲੈਂਦੀ ਸੁਣ ਮਾਸ਼ਾਅੱਲਾ? ਮੈਂ ਬਈ 4 ਮਾਸ਼ਾਅੱਲਾ, 2-4 ਦਿਨ ਲਓ ਮਾਸ਼ਾਅੱਲਾ। ਇਹ ਦੂਜਾ ਸੁਭਾ ਸੁਣਾ? ਦੂਸਰਾ ਸੁਭਾ ਬਈ ਜੈਨੂਨ ਗਰੰਟੀ ਨਾਲ, ਅੱਲਾ ਤੋਂ ਬਈ ਗਰੰਟੀ ਨਾਲ ਜੈਨੂਨ, ਅੱਗੋਂ ਤਾਂ ਮੈਂ ਮਲੂਮ ਦੀ ਪਹਿਲਣ ਗਈ ਜਾਂਦਾ ਮਾਸ਼ਾਅੱਲਾ, ਜਿਵੇਂ ਕੱਟੀ ਹੁੰਦੀ ਕੱਟੀ, ਐ ਹੀ ਕੱਟੀਆਂ ਨਹੀਂ ਮੈਂ ਤਾਂ ਬੁੱਥੀ, ਮੈਂ ਦੀ ਕੱਟੀਆਂ ਵਰਗੀ ਸਿਰ, ਮੈਂ ਤਾਂ ਕੱਟੀਆਂ ਵਾਲਾ ਮਾਸ਼ਾਅੱਲਾ, ਥਣ ਮੈਨੂੰ ਪਹਿਲਣਾ ਨਹੀਂ ਵਾਲਾ ਮਾਸ਼ਾਅੱਲਾ, ਲੇਕਿਨ ਮੱਝ ਦੂਜੇ ਨੇ ਕਿਉਂਕਿ ਗਲਤ ਬੇਟੀ ਨਹੀਂ ਇਨਸ਼ਾਅੱਲਾ, ਕੋਈ ਸ਼ੱਕ ਨਹੀਂ ਹੈਗਾ, ਮੈਂ ਦੂਜੇ ਨੇ ਬਈ ਆ ਬੱਕੀ ਬਿਲਕੁਲ ਨਿੱਕੀ ਏ ਅੱਡੀ, ਇੱਕ ਕੁਹਾੜਾ ਜੈਨਮਨ ਵੇਖੋ ਜੀ, ਬਿਲਕੁਲ ਸੱਜਣ ਬੇਲੀ ਹੈ ਨਾ, ਕਵੇ ਵੀ 3 ਹੱਡੀਆਂ ਦੇ ਵਿੱਚ ਮੋਤੀ ਜੋੜ ਦਾ ਲੱਡੂ ਫਸਾ ਦੇ, ਛੁਰੀ ਮਾਰ ਕੇ ਚੈੱਕ ਵੀ ਕਰ ਸਕਦਾ ਅੱਲਾ ਦੀ ਮਿਹਰਬਾਨੀ ਨਾਲ। ਮੈਂ ਯਾਰ ਪਰ ਸਾਰੇ ਸੋਹਣੇ ਨੇ ਤੇ ਤੋੜੋ ਤੋੜ ਇੱਕ ਅੱਡੀ ਮਾਸ਼ਾਅੱਲਾ, ਤੇ ਵੱਕੀ ਨਿੱਕੀ ਏ ਮੱਛ ਰੱਖ ਸਕਦਾ, 1.5 ਫੁੱਟ ਦਾ ਖੁੱਡਾ, ਬਰੀਕ ਮਾਸ਼ਾਅੱਲਾ ਜਿਵੇਂ ਰੇਸ਼ਮ ਹੁੰਦੀ ਵੇਖੋ ਜੀ ਬਿਲਕੁਲ, ਆ ਵੇਖੋ ਬਿਲਕੁਲ ਰੇਸ਼ਮ ਵਰਗੀ ਮਾਸ਼ਾਅੱਲਾ, ਥਾਣ ਸੋਹਣਾ ਪਾਵਰਾ ਥਾਣ, ਪਾਵਰਾ ਥਾਣੇ ਮੈਂ ਵੇਖੋ ਅਗਲੀਆਂ ਬੁਰਜੀਆਂ ਮਾਸ਼ਾਅੱਲਾ ਪੀੜੀਆਂ ਦੇ ਪਾਵੇ ਹੁੰਦੇ ਨੇ ਲੱਖ 2 ਲੱਖ 50 ਹਜ਼ਾਰ ਲੈ ਜਾਵੇ, ਹਾਂਜੀ ਸੂਈ ਲੈ ਜਾਵੇ ਆਪਾਂ ਬਈ, ਮੈਂ ਦੇਣੀ ਉਸ ਬੰਦੇ ਨੂੰ ਜਿਹੜਾ ਬੰਦਾ, ਮੈਂ ਤੇ ਮੌਕੇ ਤੇ ਆ ਕੇ ਮੈਂ ਲਵੇ, ਮੌਕੇ ਤੇ ਆ ਕੇ ਮੈਂ ਇਹਨੂੰ ਵੇਖੇ ਆ ਤੇਰੇ ਕੈਮਰੇ ਤੇ ਮੈਂ ਉਹੀ ਨੀ ਪੂਰੀ ਆਉਂਦੀ ਆਵੇਗਾ ਠੀਕ ਹੈ। ਅਗਲੇ 100 ਗੱਲ ਮੇਰੀ ਸੁਣ ਰਿਆਜ਼ ਭਾਈ, ਮੇਰੀ ਗੱਲ ਸੁਣ, ਸਿਰਫ ਤੂੰ ਮੱਝ ਵਿਖਾ ਅੱਛਾ ਜੀ ਠੀਕ ਹੈ, ਕਿਉਂਕਿ ਜਦੋਂ ਬੰਦਾ ਬਹਿ ਕੇ ਦੇਖਦਾ ਨਾ ਕੈਮਰੇ ਤੇ ਮੈਨੂੰ, ਅਗਲਾ ਕਹਿੰਦਾ ਕੈਮਰਾ ਜ਼ੂਮ ਕਰਕੇ ਵੀਡੀਓ ਬਣ ਗਈ, ਨਹੀਂ ਜ਼ੂਮ ਨਹੀਂ ਹੁੰਦਾ, ਫਲਾਨਾ ਕੰਮ ਕਰਕੇ ਵੀਡੀਓ ਬਣ ਗਈ ਅੱਛਾ ਜੀ, ਲੇਕਿਨ ਮੈਂ ਉਸ ਬੰਦੇ ਨੂੰ ਜਿਹੜਾ ਬੰਦਾ ਆ ਕੇ ਮੌਕੇ ਤੇ ਸੌਦਾ ਕਰੇ ਠੀਕ ਹੋ, ਨਹੀਂ ਫਸਟ ਟਾਈਮ ਗੱਲ ਇਸ ਤਰ੍ਹਾਂ ਕਰਨਾ, ਆਵੇਗਾ ਮੌਕੇ ਤੇ, ਹਾਂਜੀ ਉਹ ਬਿਆਨਾ ਕਰਾ ਦੇ ਮੈਂ ਸੂਈ ਜਾਣੀ, ਸੂਈ ਤੋਂ ਆ ਜਾਵੇ, ਅੱਛਾ ਸੂਈ ਤੋਂ ਆ ਜਾਵੇ ਠੀਕ ਹੋ, ਸੌਦਾ ਮੌਕੇ ਤੇ ਕਰੂੰਗਾ ਬਾਈ, ਕੱਬਲ ਜਾਵੇ ਮੌਕੇ ਤੇ ਆਵੇ, ਮੌਕੇ ਤੇ ਆ ਕੇ ਸੌਦਾ ਕਰੂੰਗਾ, ਧਾਰਾ ਬਾਰ ਕੇ ਦੇਣੀ ਧਾਰਾ ਬਈ, ਐਨ ਗਰੰਟੀ ਨਾਲ ਦੇਵਾਂਗਾ ਇਨਸ਼ਾਅੱਲਾ, ਚੈੱਕ ਕਰਵਾ ਕੇ ਦੇਵਾਂਗਾ, ਤਸੱਲੀਆਂ ਕਰਵਾ ਕੇ ਦੇਵਾਂਗਾ, ਮੌਕੇ ਤੇ ਸੱਦਣ ਦਾ ਬੰਦਾ ਨੂੰ ਮਕਸਦ ਕੀ ਹੈ ਠੀਕ ਹੋ ਗਿਆ ਜੀ, ਤੇ ਮਕਸਦ ਕੀ ਹੈ ਬੰਦਾ ਮੌਕੇ ਤੇ ਆਵੇ, ਠੀਕ ਹੋ ਗਿਆ ਜੀ, ਹਾਂਜੀ ਫੌਜ ਸਾਹਿਬ ਗੱਲ ਹੋਣੀ ਇਸ ਤਰ੍ਹਾਂ ਦੀ ਹੈ, ਹਾਂਜੀ ਇਹ ਮੈਂ ਆਪਣੇ ਖੁੱਚਾਂ ਸਿੱਧੀਆਂ ਨੇ ਬਿਲਕੁਲ, ਅੱਲਾ ਦੇ ਹੁਕਮ ਨਾਲ, ਬੰਦੇ ਹੁੰਦੇ ਖੁੱਚਾ ਮੈਂ ਵਿੰਗੀਆਂ ਕਰ ਲੈਂਦੀ ਹੈ, ਮੈਂ ਮੁੱਲ ਵਾਲੀ ਸਾਰੀ ਮੈਂ ਮਾਸ਼ਾਅੱਲਾ ਕੰਡ ਵੇ ਮੈਂ ਜੋ ਗਾਡਰ ਪਾਇਆ ਰੱਬ ਨੇ ਮਾਸ਼ਾਅੱਲਾ, ਠੀਕ ਹੈ ਖੁੱਚਾ ਮੈਂ ਦੀਆਂ ਵੇਖਿਆ ਇਹ ਕਿੱਦਾਂ ਸੁੰਭ ਮੈਂ ਨੂੰ ਕਿੱਦਾਂ ਦੇ ਨੇ ਮਾਸ਼ਾਅੱਲਾ, ਕੋਲੀ ਕਿ ਮੈਂ ਤਾਂ ਵਜ਼ਨ ਵੇਖ, ਲੋਡ ਵੇਖ, ਮੈਂ ਧੁੰਨੀ ਕੋਲੀ ਵੇਖ ਮਾਸ਼ਾਅੱਲਾ, ਧੁੰਨੀ ਬਿਲਕੁਲ ਉਮਰ ਵੇਖ ਮੈਂ ਦੀ, ਅਬ ਹਾਂ ਧੁੰਨੀ ਬਿਲਕੁਲ, ਹਾਂਜੀ ਇਸਤਰੀ ਫਿਰੀ ਮਾਸ਼ਾਅੱਲਾ, ਹਾਂਜੀ ਤੇ ਮੈਂ ਥਾਣ ਦਾ ਵੇ ਕਿੱਥੇ ਕਿੱਥੇ ਖੜਾ ਤੇ ਪਾਵਰ ਵਾਲਾ ਥਾਣ ਲਈ ਖੜੀ ਮੈਂ ਅੱਛਾ ਜੀ, ਤੇ ਵੰਡਾ ਕਿਨੀਆਂ ਕਿਨੀਆਂ ਮਾਸ਼ਾਅੱਲਾ ਜੀ, ਹਾਂਜੀ ਬਾਕੀ ਤਾਰੀਫ ਅੱਲਾ ਤਾਲਾ ਦੀ ਜ਼ਾਤ ਦੀ ਹੁੰਦੀ ਹੈ ਅੱਛਾ, ਠੀਕ ਹੈ ਉਹ ਪੰਡਾਂ ਨਹੀਂ ਵਧੀਆ ਜਾਂਦੀਆਂ ਸਾਡੇ ਤੋਂ
ਗੱਲਾਂ ਦੀਆਂ। ਭਾਈ ਸਾਹਿਬ ਹਾਂਜੀ ਗੱਲਾਂ ਬੜੀਆਂ ਪਕਾਰਦੀਆਂ ਨੇ ਹਾਂਜੀ, ਤੇ ਮੈਂ ਮੁੱਲ ਹੁਣ ਕੀ ਕਰਦਾ ਭਾਈ? ਮੈਂ ਤਾਂ ਤੈਨੂੰ ਮੈਂ ਰਿਆਜ਼ ਭਾਈ ਰਿਕੁਐਸਟ ਇਹ ਕੀਤੀ ਹੈ ਕਿ ਮੈਂ ਤਾਂ ਮੁੱਲ ਜਿਹੜਾ ਹੈ ਨਾ, ਬੰਦਾ ਜਿਹੜਾ ਮੌਕੇ ਤੇ ਆ ਕੇ ਮੱਝ ਲਵੇਗਾ, ਮੱਝ ਮੈਂ ਦੇਣੀ ਉਸ ਬੰਦੇ ਨੂੰ। ਵਾਕਿਆ ਉਸ ਬੰਦੇ ਦੇਣੀ ਪਰ ਹਾਂਜੀ ਨਹੀਂ ਭਾਈ, ਜਿਹੜਾ ਭਾਈ ਸੌਦਾ ਮੌਕੇ ਤੇ ਹੋਊਗਾ, ਮੁੱਲ ਮੌਕੇ ਤੇ। ਵਾਕਿਆ ਗੱਲ ਤੁਹਾਡੀ ਠੀਕ ਹਾਂਜੀ, ਤੂੰ ਮੁੱਲ ਵੀ ਥੋੜਾ ਭਾਈ ਸਾਹਿਬ ਕੋਈ ਨਿਸ਼ਾਨੀ ਰੱਖ ਦਿਓ ਭਾਈ, ਜਿਹੜਾ ਬੰਦਾ ਮੌਕੇ ਤੇ ਆਵੇਗਾ ਨਾ ਉਹਦੇ ਨਾਲ ਸਾਰੀਆਂ ਨਿਸ਼ਾਨੀਆਂ ਹੀ ਹੋ ਜਾਣਗੀਆਂ, ਮੁੱਲ ਵੀ ਹੋ ਜਾਊਗਾ, ਉਹਨੂੰ ਚੰਗੀ ਮਹਿਲ ਲੱਗੂਗੀ, ਪਸੰਦ ਕਰਕੇ ਮੌਕੇ ਤੇ ਟੋਰ ਫਿਰ ਕੇ ਮੈਂ ਉਹਨੂੰ ਵੇਖ ਕੇ ਲੈ ਜਾਵੇ। ਸੌਦਾ ਮੌਕੇ ਤੇ ਬਈ, ਸ਼ੌਕ ਦਾ ਮੁੱਲ ਨਹੀਂ ਹੁੰਦਾ। ਠੀਕ ਹੋ ਗਿਆ ਹਾਂਜੀ, ਇਹ ਲੈਣੀ ਸ਼ੌਕ ਵਾਲੇ ਨੇ। ਤੇ ਫੌਜ ਸਾਹਿਬ ਗੱਲ ਇਸ ਤਰ੍ਹਾਂ ਦੀ ਹੈ ਹਾਂਜੀ, ਮਾਸ਼ਾ ਤੇਰੀ ਮਾਸ਼ਾ ਸੋਹਣੀ ਵੀ ਹੈ, ਹਾਂਜੀ ਸਭ ਪੂਰੀ ਹੈ ਹਾਂਜੀ, ਕੋਈ ਬੰਦਾ ਕੱਟ ਨਹੀਂ ਸਕਦਾ, ਅੱਲਾਹ ਤਾਲਾ ਦੇ ਰਸੂਲ ਦੇ ਹੁਕਮ ਨਾਲ ਇਨਸ਼ਾ ਅੱਲਾਹ ਲਾੜੀ ਵੀ ਹੈ, ਇਨਸ਼ਾ ਅੱਲਾਹ ਤਾਲਾ ਮੈਂ ਦੀ ਸਾਹ ਸੁਥਰੀ ਮਾਜ ਅੱਲਾਹ ਦੀ ਮਿਹਰਬਾਨੀ ਭਾਈ, ਮੈਂ ਤੇ ਨੌਵਾਂ ਤੋਂ ਲੈ ਕੇ ਕੰਡ ਦੇ ਤੁਰਿਆ ਜਾ, ਅੱਗੋਂ ਪੂਛ ਤੋਂ ਲੈ ਕੇ ਸਿੰਘਾਂ ਦੇ ਤੁਰਿਆ ਜਾ, ਇਨਸ਼ਾਅੱਲਾ ਵੱਖੀ ਵੇਖ ਲਾ, ਕੰਨੀ ਵੇਖ ਲਾ, ਕੰਨ ਵੇਖ ਲਾ, ਸਿੰਘ ਵੇਖ ਲਾ, ਹੋਰ ਇਸ ਤੋਂ ਵੱਧ ਹੋਰ ਮੈਂ ਕੋਈ ਨਵੀਂ ਸ਼ਾਦ ਇਹਦੇ ਚ ਹੁੰਦੀ ਨਹੀਂ। ਠੀਕ ਹੋ ਗਿਆ ਹਾਂਜੀ, ਫੌਜ ਸਾਹਿਬ ਮੁੱਲ ਕੀ ਕਰਦੇ ਜੀ? ਮੁੱਲ ਮੌਕੇ ਤੇ ਨਹੀਂ, ਮੁੱਲ ਪੱਕਾ ਤੁਸੀਂ ਕੀ ਆ, ਵੀਡੀਓ ਚੱਲਦੀ ਪਈ ਹੈ, ਲੋਕਾਂ ਦਾ ਦੱਸ ਦਿਓ, ਨਿਸ਼ਾਨੀ ਰੱਖ ਲਓ ਬਈ। ਨਿਸ਼ਾਨੀ ਨਿਸ਼ੂਨੀ ਜਿਹੜੀ ਤੈਨੂੰ ਅਖੀ ਨਾ, ਮੈਂ ਬਈ ਮੈਂ ਵੇਚਣੀ ਉਸ ਬੰਦੇ ਜਿਹੜਾ ਬੰਦਾ ਮੌਕੇ ਤੇ ਆ ਕੇ ਮੈਂ ਉਹਨੂੰ ਵੇਖ ਕੇ ਬਹਿ ਕੇ ਮੰਜੇ ਸੌਦਾ ਕਰੂੰਗਾ। ਅੱਛਾ ਜੀ ਹਾਂਜੀ, ਨਹੀਂ ਪਤਾ ਵੀ ਹੋਵੇ ਨਾ 5 ਲੱਖ ਕਰਨਾ, 6 ਕਰਨਾ, ਕਿੰਨਾ ਕਰਨਾ, 5-6 ਮੈਂ ਮੁੱਲ ਅੰਨਾ ਵੀ ਨਹੀਂ ਕਰਦਾ ਬਈ। ਅੱਛਾ, ਸ਼ੌਕ ਵਾਲੇ ਬੰਦੇ ਨੇ, ਸ਼ੌਕ ਵਾਲੇ ਬੰਦੇ ਨੂੰ ਲੈਣੀ ਇਹਦੀ, ਅਗਲੇ ਗੱਲ ਸੁਣ ਲਾ ਮੇਰੀ। ਅੱਛਾ ਜੀ, ਇਹ ਦੂਜੇ ਨੇ, ਅਗਲੇ ਦਿਨ ਇਹਦੀ ਮੈਂ ਪਹਿਲਾਂ ਝੋਟੀ ਵੇਚੀ 9 ਲੱਖ ਰੁਪਏ ਦੀ। ਨਹੀਂ ਅੱਛਾ ਜੀ ਹਾਂਜੀ, ਯਾਰ ਇਹਦਾ ਕੱਦ ਛੋਟਾ ਹੋਣਾ, ਯਾਰ ਇਹਦਾ ਸਿੰਘ ਛੋਟਾ ਵੱਡਾ ਹੋਣਾ, ਨਹੀਂ ਗੱਲ ਤਾਂ ਸੁਣਨਾ, ਤੇ ਜਿਹੜੇ ਬੰਦੇ ਨੇ ਪੈਸੇ ਦੇਣੇ ਮੌਕੇ ਤੇ ਆ ਕੇ ਸੌਦਾ ਕਰੇ, ਜੇ ਮੱਝ ਪਸੰਦ ਤੇ ਆਵੇ ਅਸੀਂ ਨੀ ਜਾਂਦੇ ਦੂਰ ਦੂਰ। ਠੀਕ ਹੋਗਾ ਜੀ, ਚੰਗੀ ਸ਼ਾਇਦ ਹੈ, ਮਗਰ ਜਿਹਨੂੰ ਸ਼ੌਕ ਹੈ ਥੋੜੀ ਤਕਲੀਫ ਵੀ ਕਰੇ ਬਾਈ, ਆਵੇ ਮੌਕੇ ਤੇ ਆ ਕੇ ਮੈਂ ਲਵੇ, ਦੇਵਾਂਗੇ ਮੈਂ ਵੇਚਣੀ ਆਪਾਂ ਲਾਦੇ ਸਾਨੂੰ ਮੁੱਲ ਨਹੀਂ ਕਰਦੇ, ਮੌਕੇ ਦਾ ਬੰਦਾ ਜਿਹੜਾ ਮਰਜ਼ੀ ਆ ਕੇ ਲਵੇ, ਅੱਲਾਹ ਦੀ ਮਿਹਰਬਾਨੀ ਨਾਲ ਮੱਝ ਕੱਦ ਚੰਗਾ ਲਾਮ ਚੰਗੀ ਹੈ, ਮੈਂ ਹਰ ਪਾਸੋਂ ਪੂਰੀ ਮਾਸ਼ਾਅੱਲਾ ਥਣ ਸੋਹਣਾ ਲੱਗਿਆ ਜਿਵੇਂ ਲਾਟੂ ਹੁੰਦਾ, ਓਨਾ ਹੀ ਵਾਨ ਅੱਗੇ ਤੇ ਓਨਾ ਹੀ ਪਿੱਛੇ ਮਾਸ਼ਾਅੱਲਾ। ਬਾਕੀ ਨੰਬਰ ਆਪਣਾ 0-300-1600-211 ਇਸ ਵਟਸਐਪ ਨੰਬਰ ਪੀੜੀ ਦੇ ਪਾਵੇ, ਲੋਕ ਵੀ ਆਖਦੇ ਮੈਂ ਵੀਡੀਓ ਦੇਖਦਾ ਰਹਿਣਾ, ਅੱਲਾਹ ਤਾਲਾ ਦੇ ਰਸੂਲ ਦੇ ਹੁਕਮ ਨਾਲ ਇਸ ਥਾਂ ਨੂੰ ਪੀੜੀ ਦਾ ਪਾਵਾ ਆਖਿਆ ਜਾਂਦਾ ਜੀ, ਹਾਂਜੀ ਇਹਨੂੰ ਕਹਿੰਦੇ ਨੇ ਪੀੜੀ ਦੇ ਪਾਵੇ ਮਾਸ਼ਾਅੱਲਾ। ਵਾਕਈ ਤੇ ਨਾਸ ਬੱਗੀ ਮਾਸ਼ਾਅੱਲਾ, ਖੱਬੀ ਜਿਹੜੀ ਹੱਥਾਂ ਨੇ ਅੱਗੋਂ ਕੱਟੀ ਹੈ ਮਾਸ਼ਾਅੱਲਾ, ਪਿੱਛੋਂ ਮੱਝ ਪਿੱਛੋਂ ਚੌੜੀ ਹੈ, ਅੱਗੋਂ ਮਾਸ਼ਾਅੱਲਾ ਪਤਲੀ ਹੈ। ਨੰਬਰ ਆਪਣਾ 0-300-1600-211 ਉਹੀ ਵਟਸਐਪ ਨੰਬਰ, ਇਹੋ ਨੰਬਰ ਹੈ। ਮਿਲਾਂਗੇ ਅਗਲੀ ਵੀਡੀਓ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।